ਰੱਖੜੀਆਂ ਮੌਕੇ ਇੱਕ ਭਰਾ ਨੇ ਆਪਣੇ ਸਕੇ ਭਰਾ ਦਾ ਕਤਲ ਕੀਤਾ, ਮੂੰਹ ਤੇ ਡੰਡੇ ਮਾਰੇ ਔਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੰਗਰੂਰ ਦੇ ਪਿੰਡ ਚੋਟੀਆਂ ਦੇ ਵਿੱਚ ਇਹ ਵਾਰਦਾਤ ਹੋਈ। ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ। ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ। ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ। ਸਭ ਤੋਂ ਵੱਡੇ ਭਰਾ ਦੇ ਬਿਆਨਾਂ ਤੋਂ ਬਾਅਦ ਇਹ ਪਰਚਾ ਦਰਜ ਕੀਤਾ ਗਿਆ। ਆਪਸੀ ਲੜਾਈ ਦੇ ਚੱਲਦੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਡੰਡੇ ਸੋਟੀਆਂ ਦੇ ਨਾਲ ਮਾਰਿਆ ਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੰਗਰੂਰ ਦੇ ਪਿੰਡ ਚੋਟੀਆਂ ਦੇ ਵਿੱਚ ਇਹ ਵਾਰਦਾਤ ਹੋਈ ਹੈ। ਵੱਡੇ ਭਰਾ ਪਾਲਾ ਰਾਮ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਪਿੱਛੇ ਜੀ ਜਦੋਂ ਮਹੀਨਾ ਕੁ ਪਹਿਲਾਂ ਇਹ ਆਪਸ ਵਿੱਚ ਲੜ ਪਏ ਜੀ। ਉਹਦੇ ਕਦੇ ਛੋਟੇ ਡੰਡਾ ਡੁੰਡਾ ਮਾਰਿਆ, ਕਿਤੇ ਉਹਦੀ ਬੰਦ ਹੋ ਗਈ ਬਣਾ ਬਣੂ ਲਈ। ਉਹਨੇ 3 ਦਿਨਾਂ ਬਾਅਦ ਉਹਦਾ ਸਾਰਾ ਮਕਾਨ ਫੂਕਤਾ ਜੀ, ਜਿਹੜਾ ਮਰਿਆ ਜੀ ਇਹਦਾ ਸਾਰਾ ਮਕਾਨ ਫੂਕਤਾ। ਮਕਾਨ ਫੂਕੇ ਜਾ ਕਿਸੇ ਨੇ ਕੁਛ ਨਹੀਂ ਕਰਿਆ ਜੀ। ਉਹ ਥਾਣੇ 'ਚ ਦੇ ਦਿੱਤੇ, ਥਾਣੇ ਵਾਲੇ ਨੇ ਲੋਕਾਂ ਨੇ ਕਹਿ ਕੇ ਉਸ ਕੋਈ ਸਟਾਲ ਹੈ ਜੀ, ਵੀ 25-25 ਹਜ਼ਾਰ ਰੁਪਏ ਦੇ ਕੇ ਜੇ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਭਰ ਦੂਗਾ, ਚੱਲ ਕੋਈ ਗੱਲ ਨਹੀਂ ਸਟਾਸ ਕੁਤਾ ਛੱਡ ਛੱਡਦਾ ਜੀ। ਉਸ ਤੋਂ ਬਾਅਦ ਜੀ ਕਿਤੇ ਕੱਲ੍ਹ ਬਾਪੂ ਨੂੰ 4-5 ਦਿਨ ਹੋ ਗਏ ਮੇਰੇ ਕੋਲ ਢਿੱਲਾ ਉਹਦੀ ਇੱਥੇ ਜਾ ਰਹੀ ਸੀ ਮੁਣਕ ਢਿੱਲਾ ਉਹਦਾ ਦੀ। ਜਦੋਂ ਇਹ ਉਦੋਂ ਜਦੋਂ ਰਾਤ ਨੂੰ ਫੋਨ ਗਿਆ ਸਾਡੇ ਕੋਲ ਵੀ ਐਂ ਕਰਕੇ ਵੀ ਉਹਦੇ ਮੂੰਹ 'ਤੇ ਵੀ ਸੱਟਾਂ ਸੁੱਟਾਂ ਮਾਰੀਆਂ, ਡੰਡੇ ਡੁੰਡੇ ਮਾਰ ਕੇ ਵੀ ਤੁਸੀਂ ਛੇਤੀ ਆ ਜਾਓ। ਮੈਂ ਮੁੰਡੇ ਨੂੰ ਕਿਹਾ ਜੀ ਤੁਸੀਂ ਬੇਟੇ ਤੁਸੀਂ ਜਾਓ ਵੀ ਬਾਪੂ ਨੂੰ ਲੈ ਜਾ, ਵੀ ਜੇ ਮੈਂ ਜਾਊਂਗਾ ਕੋਈ ਨਾ ਕੋਈ ਹੋਰ ਕੋਈ ਹੋਊਗਾ, ਚੱਲ ਕੋਈ ਗੱਲ ਨਹੀਂ ਮਾੜੀ ਮੋਟੀ ਦਾਰੂ ਰੂਪ ਹੀ ਜਾਗਾ ਜਾਂ ਕੋਈ ਨਾ ਕੋਈ ਆਸ ਮੈਂ ਲਗੜਾ ਹੋ ਗਈ ਹੋਣੀ, ਪੱਟੀ ਪੁੱਟੀ ਕਰਾ ਕੇ ਚੱਲ ਹੋ ਜੂਗਾ ਕੰਮ, ਤੜਕੀ ਮੈਂ ਸਵੇਰੇ ਵਗ ਜੂੰ। ਅੱਛਾ ਜੀ, ਇੰਨੇ 'ਚ ਉਹਨਾਂ ਨੇ ਦਾਖਲ ਕਰਕੇ ਜੀ ਇੱਥੇ ਗੱਡੀ 'ਚ ਪਾ ਕੇ ਐਂਬੂਲੈਂਸ ਆਇਆ ਜੀ। ਉਹਨਾਂ ਲਹਿਰੇ ਤੋਰ ਦਾ ਲਹਿ ਰਿਹਾ ਨੇ ਸੰਗਰੂਰ ਦਾ ਪਰਚਾ ਕੱਟ, ਅਤੇ ਸੰਗਰੂਰ ਆ ਗਏ। ਸੰਗਰੂਰ ਤੋਂ ਮੇਰਾ ਬਾਪੂ ਜੀ ਇਕੱਲੇ ਹੀ ਆ ਗਿਆ, ਹੋਰ ਕੋਈ ਨਾਲ ਆ ਇਕੱਲੇ ਹੀ ਸੀਗਾ। ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 1:25 'ਤੇ ਆਏ ਨੇ ਇਹ, 35 'ਤੇ ਉਹਦੀ ਡੈਥ ਹੋ ਗਈ। 1:35 ਕਿੰਨੀ ਉਮਰ 'ਚ ਕੀ ਕੰਮ ਕਰਦੇ? ਕਿੰਨੇ ਮਜ਼ਦੂਰੀ ਕਰਦਾ ਜੀ? ਅੱਛਾ, ਕਿੰਨੀ ਉਮਰ ਦੀ? ਉਮਰ ਹੈਗੀ ਜੀ 30-35 ਸਾਲ ਦੀ। ਕਿੰਨੇ ਬੱਚੇ ਨੇ ਇਹਦੇ? 2 ਬੱਚੇ ਨੇ ਜੀ, ਇੱਕ ਮੁੰਡਾ ਜੀ, ਇੱਕ ਦੋਵੇਂ ਮੁੰਡੇ ਨੇ। ਕਿੰਨੇ ਉਮਰ ਦਾ? ਉਹ ਹੁਣ ਜੀ 13-14 ਸਾਲ ਦਾ, ਇੱਕ ਦੋ 3-3 ਸਾਲਾਂ ਦਾ ਫਰਕ ਹੈ ਜੀ। ਅਤੇ ਜਿਹਨੇ ਮਾਰਿਆ ਉਹਦੀ ਕਿੰਨੀ ਉਮਰ ਹੈ? ਉਹਦੀ ਹੁਣ ਜੀ 25 ਸਾਲ ਦੀ। ਹਾਂ, 22-25 ਸਾਲ। ਕੀ ਕਾਰਨ? ਬਸ ਇਹੀ ਲੜਾਈ ਆਪਸ ਵਿੱਚ ਜਿਹੀ ਹੋ ਗਿਆ ਜੀ। ਬਸ ਉਹਨੇ ਸੁੱਤਾ ਪਿਆ ਤੀ ਕਿਤੇ, ਇਹ ਸੁੱਤੇ ਪਏ ਦੇ ਕਿਤੇ ਕੜੀਆਂ ਕੁੜੀਆਂ ਮੂੰਹ 'ਤੇ ਮਾਰੀਆਂ, ਥੂੰ ਸਾਰਾ ਮਾਰਤਾ ਜੀ। ਉਰੇ ਆ ਕੇ ਫਿਰ ਇਹਨਾਂ ਨੇ ਬੋਤਲਾਂ ਬਾਤਲਾਂ ਵੀ ਲੱਡੀ ਕਿੱਟੂ ਕੇ ਲਾਏ ਨੇ, ਇੱਥੋਂ 10 ਮਿੰਟਾਂ ਵਿੱਚ ਪੂਰਾ ਹੋ ਗਿਆ। ਸਾਨੂੰ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ, ਜਿਹੜੇ ਸਾਡੇ ਚੌਂਕੀ ਇੰਚਾਰਜ ਨੇ ਡੀਐਸਆਈ ਸਤ ਪ੍ਰਕਾਸ਼ ਜੀ, ਉਹਨਾਂ ਵੱਲੋਂ ਦੱਸਿਆ ਗਿਆ ਕਿ ਚੋਟੀਆਂ ਪਿੰਡ ਦੇ ਵਿੱਚ 2 ਭਰਾਵਾਂ ਦਾ ਆਪਸੀ ਝਗੜਾ ਸੀਗਾ, ਤੇ ਉਹ ਝਗੜੇ ਕਰਕੇ ਜਿਹੜਾ ਜਗਸੀਰ ਸੀਗਾ ਤੇ ਉਸਦੀ ਮੌਤ ਹੋ ਚੁੱਕੀ ਹੈ। ਉਸਦੇ ਰਿੰਕੂ ਨੇ ਮਤਲਬ ਜੋ ਵਾਰ ਕੀਤਾ ਸੀਗਾ ਰਾਤ ਨੂੰ, ਜਿਸਦੀ ਅੱਜ ਸਵੇਰੇ ਮੌਤ ਹੋ ਚੁੱਕੀ ਹੈ, ਤੇ ਪੋਸਟਮਾਰਟਮ ਦੀ ਜਿਹੜੀ ਕਾਰਵਾਈ ਹੈ ਅਮਲ 'ਚ ਲਿਆਂਦੀ ਜਾ ਰਹੀ ਹੈ ਉੱਥੇ ਸਿਵਲ ਹੋਸਪਿਟਲ ਸੰਗਰੂਰ 'ਚ। ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਂਦੇ। ਕਿਹਦੇ ਬਿਆਨਾਂ ਤੇ ਹੋਇਆ? ਕੀ ਇਹ 3 ਭਰਾ ਸੀ ਜਾਂ ਕਿੱਦਾਂ ਹੋਇਆ? ਇਹ 3 ਭਰਾ ਸੀਗੇ, ਜਿਹੜਾ ਵੱਡਾ ਭਰਾ ਸੀਗਾ ਪਾਲਾ ਰਾਮ, ਇਹ ਪਾਲਾ ਰਾਮ ਜੀ ਦੇ ਬਿਆਨਾਂ ਤੇ ਇਹ ਪਰਚਾ ਦਰਜ ਹੋਇਆ। ਰੰਜਿਸ਼ ਪਤਾ ਲੱਗੀ ਰੀਜ਼ਨ ਕੀ ਉਹਨੇ ਦਿਖਾਇਆ ਬਿਆਨਾਂ ਦੇ ਵਿੱਚ? ਰੰਜਿਸ਼ ਤਾਂ ਇਹੀ ਹੈ ਬਸ ਕਿ ਉਹ ਆਪ ਦਾਰੂ ਪੀ ਕੇ ਆਪਸ ਦੇ ਵਿੱਚ ਲੜਦੇ ਰਹਿੰਦੇ ਸੀਗੇ, ਕੋਈ ਖਾਸ ਰੰਜਿਸ਼ ਨਹੀਂ ਸੀਗੀ, ਜਸਟ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ। ਅਗਲੀ ਕਾਰਵਾਈ ਚੱਲ ਰਹੀ ਹੈ, ਪੋਸਟਮਾਰਟਮ ਦੀ ਕਾਰਵਾਈ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ।